ਕਿਹੜਾ ਪੀਜ਼ਾ ਬਣਾਉਣ ਲੱਗੇ ਭਾਜੀ ਅੱਜ ਤੁਸੀਂ? ਮੱਖਣੀ ਪੀਜ਼ਾ ਦੇ ਸਪਾਈਸੀ ਮੱਖਣੀ ਹੋਏਗਾ। ਚਲੋ ਆਪਣੇ ਪੀਜ਼ੇ ਬਾਰੇ ਸਾਰਾ ਕੁਝ ਦੱਸਿਓ ਨਾ ਫਿਰ ਤੁਸੀਂ। ਆਪਾਂ ਜੀ ਮੇਦੇ ਦਾ ਬੇਸ ਰੱਖ ਕੇ ਤਾਂ ਫਿਰ ਇਹਦੇ ਉੱਤੇ ਸਾਰਾ ਸਮਾਨ ਪਾਉਣਾ ਨਾ, ਜੋ ਜੋ ਵੀ ਪਾਉਣਾ। ਹਾਂਜੀ ਭਾਜੀ। ਆ ਮੱਖਣੀ ਸੌਸ ਆ ਭਾਜੀ ਆਪਣੀ ਸਪੈਸ਼ਲੀ ਇਹਦੇ ਲਈ। ਹਾਂਜੀ ਮੱਖਣੀ ਵੀ ਇਹਦੇ ਲਈ। ਪੂਰੀ ਭਰ ਕੇ ਪਾਉਂਦੇ ਆ ਨਾ। ਕੈਪਸੀਕਮ ਸਾਡਾ ਬੋਲਣੇ ਵਾਲਾ ਬੰਦਾ ਨਹੀਂ ਆਇਆ ਅੱਜ, ਨਹੀਂ ਤਾਂ ਬਹੁਤ ਬੋਲਦਾ। ਭਾਅ ਜੀ ਇਹ ਮੱਖਣੀ ਪੀਜ਼ਾ ਤਾਂ ਸਾਰੇ ਦਿੰਦੇ ਆ, ਸਪਾਈਸੀ ਮੱਖਣੀ ਆ। ਹੁਣ ਇਹ ਸਪਾਈਸੀ ਮੱਖਣੀ ਇਸ ਕਰਕੇ ਕਿਉਂ ਇਹਦੇ ਵਿੱਚ ਰੈੱਡ ਪੈਪਰਿਕਾ ਪਏਗੀ। ਠੀਕ ਹੈ ਭਾਅ ਜੀ। ਰੈੱਡ ਪੈਪਰਿਕਾ ਨਾਲ ਹਲਕਾ ਹਲਕਾ ਸਪਾਈਸੀ ਜਿਹਾ ਹੋ ਜਾਂਦਾ, ਖਾਣ ਦੇ ਵਿੱਚ ਵਧੀਆ ਟੇਸਟ ਆਉਂਦਾ। ਭਾਅ ਜੀ ਮੈਰੀਨੇਟ ਕੀਤਾ ਹੋਇਆ ਮਸਾਲੇ ਨਾਲ ਪਨੀਰ ਨੂੰ। ਠੀਕ ਹੈ ਭਾਅ ਜੀ। ਹੋਰ ਕੀ ਕੀ ਪਾਉਣਾ ਇਹਦੇ ਵਿੱਚ? ਬਸ ਭਾਅ ਜੀ ਇਹ ਪਨੀਰ ਦੀ ਟੋਪਿੰਗ ਹੋ ਜਾਣੀ, ਉਸ ਤੋਂ ਬਾਅਦ ਇਹਨੂੰ ਓਵਨ 'ਚ ਲਗਾ ਦੇਣਾ। ਇੱਕ ਵਾਰ ਭਾਅ ਜੀ ਹੋਰ ਇਹਦੇ ਉੱਤੇ ਚੀਜ਼ ਚਾਹੀਦੀ। ਭਾਅ ਜੀ ਭਰ ਭਰ ਕੇ ਪਾ ਰਹੇ ਹਾਂ ਨਾ। ਹਾਂਜੀ ਭਾਅ ਜੀ ਪੂਰਾ ਵਧੀਆ ਕਰਕੇ ਦੇਈਦਾ ਜੀ, ਪ੍ਰੋਪਰ ਹੈ। ਹੁਣ ਭਾਅ ਜੀ ਇਹ ਬੇਕ ਹੋਣ ਲਈ ਤਿਆਰ ਹੋ ਰਿਹਾ, ਹੁਣ ਇਹ ਓਵਨ ਦੇ ਵਿੱਚ ਜਾਏਗਾ। ਬਣ ਕੇ ਰੈਡੀ ਹੋ ਗਿਆ, ਚੈੱਕ ਕਰ ਸਕਦੇ ਹਾਂ ਪੀਜ਼ਾ।